ਬੜਾਚੌਰ ਤੋਂ ਕਾਂਗਰਸੀ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਬੇਟੇ ਅਜੇ ਮੰਗੂਪੁਰ ਨੇ ਸ਼ਰਾਬ ਤਸਕਰੀ ਨੂੰ ਲੈ ਕੇ ਆਪਣੀ ਹੀ ਸਰਕਾਰ ਉੱਪਰ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਜੇਕਰ ਇਲਾਕੇ ਵਿੱਚ ਸ਼ਰਾਬ ਤਸਕਰੀ ਬੰਦ ਨਾ ਹੋਈ ਤਾਂ ਉਹ ਬੜਾਚੌਰ ਪੁਲਿਸ ਥਾਣੇ ਨੂੰ ਤਾਲਾ ਲਗਾ ਕੇ ਚਾਬੀਆਂ DGP ਨੂੰ ਸੌਂਪ ਦੇਣਗੇ। MLA ਆਫਿਸ ਤੋਂ ਅਜੇ ਬੋਲ ਰਿਹਾ ਮੈਂ ਤੁਹਾਡੇ ਨਾਲ, ਇੱਕ ਬੜੀ ਹੀ ਗੰਭੀਰ ਸਮੱਸਿਆ ਸਾਂਝੀ ਕਰਿਆ ਚਾਹੁੰਦਾ। 2-3 ਸਾਲ ਪਹਿਲਾਂ ਜਦ ਅਸੀਂ ਰਾਜਨੀਤੀ ਦੇ ਫੀਲਡ ਵਿੱਚ, ਤੁਸੀਂ ਲੋਕਾਂ ਨੇ ਸਾਨੂੰ ਚੁਣ ਕੇ ਪਿਤਾ ਜੀ ਨੂੰ MLA ਬਣਾਇਆ ਸੀਗਾ, ਬੜੀਆਂ ਤੁਹਾਡੀਆਂ ਉਮੀਦਾਂ ਸੀਗੀਆਂ। ਅਸੀਂ ਵੀ ਉਹਨਾਂ ਤੇ ਪੂਰੇ ਉਤਰਿਆ ਚਾਹੁੰਦੇ ਸੀਗੇ ਕਿ ਡਿਵੈਲਪਮੈਂਟ ਕਰਾਂਗੇ, ਐਜੂਕੇਸ਼ਨ ਨੂੰ ਅੱਗੇ ਲੈ ਕੇ ਆਵਾਂਗੇ, ਜਿਹੜਾ ਨਸ਼ਾ ਸਾਡੇ ਇਲਾਕੇ ਵਿੱਚ ਫੈਲਿਆ ਹੋਇਆ ਇਹਨੂੰ ਬਿਲਕੁਲ ਸਾਫ਼ ਕਰਾਂਗੇ। ਪਰ ਮੈਂ ਦੇਖਦਾ ਪਿਆ ਕਿ ਅਗਰ ਤਾਂ ਚਿੱਟੇ ਦੀ ਗੱਲ ਕਰੀਏ, ਉਹ ਤਾਂ ਕਾਫ਼ੀ ਹੱਦ ਤੱਕ ਕਾਬੂ ਆ ਚੁੱਕਾ, ਪਰ ਜਿਹੜਾ ਇਲੀਗਲ ਟ੍ਰੇਡ ਜਿਹੜਾ ਨਸ਼ੇ ਦਾ ਹੁੰਦਾ, ਜਿੱਦਾਂ ਸ਼ਰਾਬ ਦਾ ਹੁੰਦਾ, ਉਹ ਸਾਡੇ ਹਲਕੇ ਵਿੱਚ ਬਹੁਤ ਫੈਲਦਾ ਜਾ ਰਿਹਾ। ਇਹਦੇ ਰਿਗਾਰਡਿੰਗ ਅਸੀਂ ਸਾਰੇ ਅਫਸਰਾਂ ਨੂੰ ਵੀ ਮਿਲੇ, ਉੱਪਰ ਤੱਕ ਵੀ ਗਏ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕੁਛ ਡਿਸਟ੍ਰਿਕਟ ਲੈਵਲ ਦੇ ਅਫਸਰ ਜਾਂ ਹੋਰ ਅਫਸਰ ਇਹਨਾਂ ਨਾਲ ਬਲੈਕੀਆਂ ਨਾਲ ਰਲੇ ਹੋਏ ਆ, ਜਿਨ੍ਹਾਂ ਕਰਕੇ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਅਸੀਂ ਇੱਕ ਹਫ਼ਤੇ ਦਾ ਟਾਈਮ ਦਿੰਦੇ ਹਾਂ ਸਾਰਿਆਂ ਨੂੰ, ਇੱਕ ਹਫ਼ਤੇ ਵਿੱਚ ਅਗਰ ਸਾਨੂੰ ਕੁਛ ਇਹਦਾ ਰਿਜ਼ਲਟ ਦਿਖਦਾ ਹੋਇਆ ਫਿਰ ਤਾਂ ਠੀਕ ਹੈ, ਨਹੀਂ ਜਿਹੜਾ ਬੜਾਚੌਰ ਥਾਣਾ ਉਹਨੂੰ ਲੌਕ ਲਾ ਕੇ ਉਹਦੀ ਚਾਬੀ ਜਿਹੜੀ ਹੈਗੀ ਅਸੀਂ DGP ਸਾਹਿਬ ਦੇ ਆਉਣੀ ਹੈ ਕਿ ਅਸੀਂ ਥਾਣੇ ਆਪਣੇ ਇਲਾਕਿਆਂ ਵਿੱਚ ਕਰਨੇ ਕੀ ਹੈ ਅਗਰ ਨਸ਼ਾ ਬੰਦੇ ਨਹੀਂ ਹੋਣਾ। ਮੈਂ ਉਮੀਦ ਕਰਦਾ ਤੁਸੀਂ ਵੀ ਇਹਦੇ ਵਿੱਚ ਸਾਡਾ ਸਾਥ ਦਿਓਗੇ। ਧੰਨਵਾਦ। ਉਧਰ ਅਕਾਲੀ ਦਲ ਦੇ ਆਗੂ ਰਾਜਵਿੰਦਰ ਸਿੰਘ ਨੇ ਕਿਹਾ ਕਿ ਅਜੇ ਮੰਗੂਪੁਰ ਨੇ ਕਿਸ ਹੱਕ ਨਾਲ ਪੁਲਿਸ ਥਾਣੇ ਨੂੰ ਤਾਲਾ ਲਗਾਉਣ ਦੀ ਗੱਲ ਕਹੀ ਹੈ, ਇਸ ਲਈ ਉਹਨਾਂ ਪੁਲਿਸ ਪਾਸੋਂ ਅਜੇ ਮੰਗੂਪੁਰ ਉੱਪਰ ਕਾਰਵਾਈ ਦੀ ਮੰਗ ਕੀਤੀ। ਸੁਰੇਸ਼ ਜੀ, ਮੈਂ ਤਾਂ ਸਭ ਤੋਂ ਪਹਿਲੀ ਗੱਲ ਦਾ ਇਹ ਕਹਿਣਾ ਚਾਹੁੰਦਾ ਹੈ ਕਿ ਇੱਕ ਹਰੇਕ ਚੀਜ਼ ਦਾ ਪ੍ਰੋਟੋਕੋਲ ਬਣਿਆ ਹੁੰਦਾ ਤੇ ਇਹਦੇ ਚ ਪ੍ਰੋਟੋਕੋਲ ਚ ਇਹਦਾ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਕਿ ਨਾ ਕੋਈ ਅਹੁਦੇਦਾਰ ਹੈ ਨਾ ਐਡਮਿਨਿਸਟ੍ਰੇਸ਼ਨ ਚ ਇਹਦਾ ਕੋਈ ਰੋਲ ਹੈ ਤੇ ਇਹ ਕਿਸ ਪ੍ਰੋਟੋਕੋਲ ਦੇ ਹਿਸਾਬ ਨਾਲ ਇਹ ਥਾਣੇ ਨੂੰ ਲੌਕ ਕਰਕੇ ਇਹਦੇ DGP ਸਾਹਿਬ ਨੂੰ ਚਾਬੀ ਦੇਣਾ ਚਾਹੁੰਦਾ ਹੈ। ਹਾਂ, ਇਹਦੇ ਫਾਦਰ ਸਾਹਿਬ ਜੋ MLA ਹੈ ਉਹ ਅਗਰ ਕੋਈ ਇੱਦਾਂ ਦੀ ਗੱਲ ਕਹਿ ਦਿੰਦੇ, ਅਸੀਂ ਸਮਝਦੇ ਹਾਂ ਕਿ ਉਹਨਾਂ ਦਾ ਪ੍ਰੋਟੋਕੋਲ ਜਿਹੜਾ ਹੈਗਾ ਉਹ ਜ਼ਿਲ੍ਹਾ ਮੁਖੀਆਂ ਦੇ ਉੱਤੇ ਹੈ, ਉਹ ਇੱਦਾਂ ਦੀ ਗੱਲ ਕਰ ਦਿੰਦੇ ਅਸੀਂ ਮੰਨ ਲੈਂਦੇ। ਪਹਿਲੀ ਗੱਲ ਤਾਂ ਇਹ ਕੋਈ ਚੀਜ਼ ਇਹਦੀਆਂ ਇੱਕ ਦੀ ਗੱਲ ਕਰ ਹੀ ਨਹੀਂ ਸਕਦਾ ਸੀ। ਮੈਂ ਤਾਂ ਇਹ SSP ਸਾਹਿਬ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਐਸੇ ਜਿਹੜੇ ਬੰਦੇ ਹੈਗੇ ਜਿਹੜੇ ਇੱਕ ਗਲਤ ਲੈਂਗੁਏਜ ਇੱਕ ਲੋਕਾਂ ਦੇ ਪ੍ਰਭਾਵ ਪਾਉਣ ਵਾਸਤੇ ਇੱਦਾਂ ਦੀਆਂ ਗੱਲਾਂ ਕਰਦੇ, ਇਹਨਾਂ ਉੱਤੇ ਮੁਕਦਮੇ ਦਰਜ ਹੋਣੇ ਚਾਹੀਦੇ ਆ। ਇਹ ਗੱਲ ਕਹਿੰਦੇ ਕਿ ਅਸੀਂ ਥਾਣੇ ਦੇ ਅੱਗੇ ਮੁਜ਼ਾਹਰਾ ਕਰਨਾ, ਧਰਨਾ ਲਾਉਣਾ, ਉਹ ਵੀ ਅਸੀਂ ਮੰਨ ਸਕਦੇ ਸੀ, ਪਰ ਇਹ ਥਾਣੇ ਨੂੰ ਲੌਕ ਲਾ ਕੇ ਉਹਦੀਆਂ ਚਾਬੀਆਂ DGP ਨੂੰ ਦੇ ਦਿੰਦੀਆਂ ਕਿਸ ਅਥਾਰਟੀ ਬਾਰੇ ਕਹਿ ਰਿਹਾ, ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸੰਬੰਧੀ SPD ਵਜੀਰ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਪੁਲਿਸ ਸ਼ਰਾਬ ਤਸਕਰੀ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ, ਜਿਸ ਨੂੰ ਲੈ ਕੇ 1 ਸਾਲ ਵਿੱਚ 171 ਮਾਮਲੇ ਦਰਜ ਕੀਤੇ ਗਏ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਜਾਵੇਗੀ। ਨਹੀਂ, ਸਾਡੇ ਵੱਲੋਂ ਹਮੇਸ਼ਾ ਹੀ ਜਿਹੜੇ ਵੀ ਕੋਈ ਨਜਾਇਜ਼ ਸ਼ਰਾਬ ਦੀ ਸਪਲਾਈ ਕਰਦੇ ਨੇ ਉਹਨਾਂ ਦੇ ਖਿਲਾਫ ਹਮੇਸ਼ਾ ਸਖਤ ਕਾਰਵਾਈ ਕੀਤੀ ਗਈ ਹੈ, ਔਰ ਅਸੀਂ ਇੱਥੇ ਪੂਰੇ ਜ਼ੋਰ ਸ਼ੋਰ ਨਾਲ ਜਿਹੜਾ ਪਿਛਲੇ ਪੂਰੇ ਸਾਲ ਦੇ ਵਿੱਚ ਮੁਹਿੰਮ ਚਲਾ ਕੇ ਔਰ ਤਕਰੀਬਨ 171 ਕੇਸ ਜਿਹੜੇ ਨੇ ਸਾਡੇ ਵੱਲੋਂ ਦਰਜ ਕੀਤੇ ਗਏ ਨੇ ਇਲਿਸਿਟ ਲਿਕੁਅਰ ਅਤੇ ਜਿਹੜੀ ਇਹ ਇਲਿਸਿਟ ਲਿਕੁਅਰ ਜਿਹੜੀ ਵੇਚਦੇ ਹੈਗੇ ਸਮੁੰਦਰ ਉਹਨਾਂ ਦੇ ਖਿਲਾਫ ਔਰ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜੀ ਹੈ ਬਰਾਮਦਗੀ ਕੀਤੀ ਗਈ ਹੈ ਅਤੇ ਅੱਗੋਂ ਵੀ ਇਹਨਾਂ ਨੂੰ ਜਿਹੜੀ ਹੈ ਨੱਥ ਪਾ ਕੇ ਰੱਖੀ ਜਾਊਗੀ, ਇਹੋ ਜਿਹੀ ਕੋਈ ਗੱਲ ਨਹੀਂ। ਜੇ ਸਰ ਇੱਕ MLA ਲੱਗਾ ਸਰ ਇਸ ਬੜਾ ਥਾਣੇ ਤਾਲਾ ਮਾਰਨਾ, ਇਹ ਕਿਆ ਸਹੀ ਗੱਲ ਹੈ? ਚਲੋ, ਉਹ ਤਾਂ ਉਹਨਾਂ ਦਾ ਆਪਣਾ ਕਹਿਣ ਦਾ ਸਟਾਈਲ ਹੋਊਗਾ, ਪਰ ਅਦਰਵਾਈਜ਼ ਅਸੀਂ ਜਿਹੜਾ ਅਸੀਂ ਕਿਸੇ ਕ੍ਰਿਮੀਨਲ ਨੂੰ ਜਿਹੜਾ ਹੈ ਉਹ ਆਪਣੀ ਮਨ ਮਰਜ਼ੀ ਨਹੀਂ ਕਰਨ ਦਿਆਂਗੇ, ਕੋਈ ਵੀ ਹੋਵੇ ਵਟ ਐਵਰ।